ਕਿ ਮਾਰਾਈ ਮੁੜ ਕਿਉਂ ਗਏ ਸਿੱਖ ਤਾਂ ਭੱਜ ਗਏ ਘਰਾਂ ਨੂੰ ਚਲੇ ਗਏ ਆਮ ਆਦਮੀ ਪਾਰਟੀ ਨੇ ਮੱਲਾ ਕਲੀਨਿਕ ਜਿੱਥੇ ਇੱਕ ਡਾਕਟਰ ਬੈਠ ਕੇ ਟੁੱਟੀ ਲਾ ਕੇ ਦੇਖ ਲੂਗਾ ਬਦ ਤੋਂ ਬਦ ਹੋਰ ਕੀ ਕਰ ਲੂਗਾ ਦਵਾਈ ਦੇ ਦੂਗਾ ਤੇ ਭਗਵੰਤ ਮਾਨ ਜੀ ਕਹਿੰਦੇ ਆਸ਼ਵਾਨ ਵਾਲੇ ਆਪਰੇਸ਼ਨ ਵੀ ਉੱਥੇ ਹੋ ਜਾਂਦੇ ਕਿਸ ਤਰ੍ਹਾਂ ਬਿਕਰਮ ਮਜੀਠੀਆ ਤੇ ਝੂਠਾ ਕੇਸ ਸਿਸਟਰ ਕੀਤਾ ਕੀ ਆ ਨਰੇਟਿਵ ਦਿੱਤਾ ਜੀ ਚਿੱਟਾ ਵੇਚਣ ਦਾ ਫਾਇਦੇ ਲੈਣ ਵਾਲਾ ਕੌਣ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਬੇਅਦਬੀ ਦਾ ਫਾਇਦਾ ਸਰਸਾ ਸਾਹਿਬ ਕਿਸੇ ਸਮੇਂ ਕੀ ਬੋਲਦੇ ਸੀ ਉਹਨਾਂ ਦੀ ਬੋਲੀ ਬਦਲ ਗਈ ਉਹ ਗਿਰਗਟ ਮੰਗੋ ਰੰਗ ਬਦਲ ਗਿਆ ਪਾਵਰ ਹੁੰਦੀ ਹੈ ਉਦੋਂ ਤਾਂ ਮੱਖੀਆਂ ਮੰਗੋ ਚਿੰਬੜਦੇ ਹਨ ਜਦ ਪਾਵਰ ਨਾ ਹੋਵੇ ਤਾਂ ਫੇਰ ਹੋਛੇ ਬੰਦੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਇਹ ਸੁਖਵੀਰ ਬਾਦਲ ਉਹ ਸੁਖਵੀਰ ਬਾਦਲ ਹੈ ਜਿਨੇ ਚੁਣੌਤੀ ਲੈ ਕੇ ਇਲੈਕਸ਼ਨ ਲੜੀ ਪਾਰਲੀਮੈਂਟ ਉਹ ਸਮੇਂ ਸਾਡੇ ਕੋਲ ਕੈਂਡੀਡੇਟ ਨਹੀਂ ਸੀ ਖੜਾ ਇਸ ਸਿਚੁਏਸ਼ਨ ਅਕਾਲੀ ਦਲ ਨੂੰ ਵੀਕ ਕਰਨ ਦੀ ਵਿਰੋਧੀ ਤਾਕਤਾਂ ਨੇ ਕੀਤੀ ਐਂਡ ਅਲਟੀਮੇਟਲੀ ਉਹ ਭਾਜਪਾ ਨਾ ਚਲੇ ਅਕਾਲੀ ਦਲ ਦੇ ਵਿੱਚ ਅੰਦਰ ਕੀ ਚੱਲ ਰਿਹਾ ਵਾ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਢਿੱਲੋਂ ਸਾਭ ਸਿੰਘ ਜੀ ਸਿੰਘ ਢਿੱਲੋਂ ਸਾਭ ਜੋ ਕਿ ਸਾਬਕਾ ਐਮ ਐਲ ਏ ਨੇ ਹਲਕਾ ਸਾਨੇਵਾਲ ਤੋਂ ਹਰੀਸ਼ ਰਾਏ ਢਾਂਡਾ ਸਾਹਿਬ ਬੈਠੇ ਸਨ ਇੱਕ ਪ੍ਰੈਸ ਨੂੰ ਸੰਬੋਧਨ ਕਰ ਰਹੇ ਸਨ ਔਰ ਆਮ ਆਦਮੀ ਪਾਰਟੀ ਤੇ ਕੁਮੀਦ ਵੀ ਜਤਾ ਰਹੇ ਸਨ ਲੇਕਿਨ ਅਕਾਲੀ ਦਲ ਦੇ ਅੰਦਰ ਕੀ ਚੱਲ ਰਿਹਾ ਵਾ ਮਨਪ੍ਰੀਤ ਐਯਾਲੀ ਦੀ ਆਪੋਜ਼ਿੰਗ ਰਾਸ਼ਟਰਪਤੀ ਇਲੈਕਸ਼ਨ ਦੇ ਵਿੱਚ VOTING ਤੱਕ ਉਹਨਾਂ ਨੇ ਜਿਹੜਾ ਜਿਹੜੀ VOTING ਤੱਕ ਨਹੀਂ ਕੀਤੀ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਭ ਕੁਝ ਠੀਕ ਹੈ ਟਾਂਡਾ ਸਾਹਿਬ ਕੋਲ ਚਲਦੇ ਹਾਂ ਔਰ ਜਾਣਕਾਰੀ ਲੈ ਲੈਣੇ ਆ ਕਿ ਅਕਾਲੀ ਦਲ ਦੇ ਅੰਦਰ ਕੀ ਚੱਲ ਰਿਹਾ ਵਾ ਹਾਲਾਂਕਿ ਬਾਦਲ ਸਾਹਿਬ ਦੀ ਵੀ ਆਪੋਜ਼ ਹੋਣਾ ਸ਼ੁਰੂ ਹੋ ਗਿਆ ਜਿਹੜੀ ਹੁਣ ਡਿਟੇਲਸ ਆ ਰਹੀਆਂ ਨੇ ਕਿ ਬਲਟੋਹਾ ਸਾਹਿਬ ਕਹਿ ਰਹੇ ਨੇ ਕਿ ਨਹੀਂ ਜੀ ਬਾਦਲ ਸਾਹਿਬ ਹੀ ਪ੍ਰਧਾਨ ਸੀਗੇ ਰਹਿਣਗੇ ਇਹ ਗੱਲਾਂ ਮਤਲਬ ਫਿਰ ਹੋਣ ਕਿੱਦਾਂ ਲੱਗੀਆਂ ਟਾਂਡਾ ਸਾਹਿਬ ਕੀ ਕਹਿਣਾ ਚਾਹੋਗੇ ਕੁਝ ਗੱਲ ਇਹ ਹੁੰਦੀ ਹੈ ਪਰਵਰਤੀ ਇਨਸਾਨ ਦੀ ਆਪਣੇ ਆਪਣੇ ਆ। ਕੁਝ ਜਦ ਪਾਵਰ ਹੁੰਦੀ ਹੈ ਉਦੋਂ ਤਾਂ ਮੱਖੀਆਂ ਵਾਂਗੂ ਚਿੰਬੜਦੇ ਆ। ਜਦ ਪਾਵਰ ਨਾ ਹੋਵੇ ਤਾਂ ਫੇਰ ਖੋਛੇ ਬੰਦੇ ਭੱਜਣ ਦੀ ਕੋਸ਼ਿਸ਼ ਕਰਦੇ ਆ ਕਿ ਤੋ ਹੋਰ ਤਾਕਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ। ਗੱਲ ਇਹ ਹੈ ਇਹ ਸੁਖਬੀਰ ਬਾਦਲ ਉਹ ਸੁਖਬੀਰ ਬਾਦਲ ਹੈ ਜਿਨੇ ਚੁਣੌਤੀ ਲੈ ਕੇ ਇਲੈਕਸ਼ਨ ਲੜੀ ਪਾਰਲੀਮੈਂਟ ਦੀ। ਉਸ ਸਮੇ ਸਾਡੇ ਕੋਲ ਕੈਂਡੀਡੇਟ ਨਹੀਂ ਸੀ ਖੜਾ ਕਰਨ ਨੂੰ। ਇਹ ਉਹ ਸੁਖਬੀਰ ਬਾਦਲ ਨੇ ਜਿਨ੍ਹਾਂ ਨੇ 2007 ਦੀ ਇਲੈਕਸ਼ਨ 2012 ਦੀ ਇਲੈਕਸ਼ਨ ਕੱਲਿਆਂ ਨੇ ਬਲਬੁੱਤੇ ਤੇ ਲੜੀ ਉਸ ਟਾਈਮ ਇਹ ਸਾਰੇ ਜਿਹੜੀਆਂ ਵਾਜਾਂ ਚੱਕਣ ਵਾਲਿਆਂ ਚਲੋ ਜਗਮੀਤ ਬਰਾੜ ਜੀ ਤਾਂ ਸਾਡੇ ਚ ਸੀਗੇ ਹੀ ਨਹੀਂ ਉਹ ਤਾਂ ਬਾਅਦ ਚ ਆ ਕੇ ਰਲੇ ਆ ਉਹਡੀਆਂ ਵਾਜਾਂ ਚੱਕਣ ਵਾਲਿਆਂ ਉਦੋਂ ਕਿੱਥੇ ਸੀ ਉਦੋਂ ਕਿਉਂ ਨਹੀਂ ਸੀ ਬੋਲਦੇ ਜਿਹੜੇ ਬੰਦੇ 300 ਸਾਬ ਵਰਗੇ ਜਿਨ੍ਹਾਂ ਨੇ ਉਹਦੇ ਬਾਅਦ ਮੰਤਰੀ ਉਹਨਾਂ ਦਾ ਮੁੰਡਾ ਫਾਈਨੈਂਸ ਮਿਨਿਸਟਰ ਰਿਹਾ ਪਾਰਲੀਮੈਂਟ ਹਾਰਨ ਦੇ ਬਾਅਦ ਰਾਜ ਸਭਾ ਲਈ ਉਹਨਾਂ ਦੇ ਬੇਟੇ ਨੂੰ 25 ਸਾਲ ਦੀ ਉਮਰ ਨੂੰ ਹਲੇ 2 ਦਿਨ ਉੱਤੇ ਹੋਏ ਸੀ ਉਦੋਂ ਟਿਕਟ ਮਿਲੀ ਉਦੋਂ ਜਿੱਤੇ ਆ ਹੁਣ ਕਿਉਂ ਆ ਜਿੱਤ ਗਏ ਉਹ ਇਹ ਇਹ ਸਿਚੁਏਸ਼ਨ ਅਕਾਲੀ ਦਲ ਨੂੰ ਵੀਕ ਕਰਨ ਦੀ ਵਿਰੋਧੀ ਤਾਕਤਾਂ ਨੇ ਕੀਤੀ ਐਂਡ ਅਲਟੀਮੇਟਲੀ ਉਹ ਭਾਜਪਾ ਨਾਲ ਰਲੇ ਇਹਦੇ ਤੋਂ ਤੁਸੀਂ ਲਗਾ ਸਕਦੇ ਹੋ ਸਾਡੇ ਸਰਸਾ ਸਾਹਿਬ ਕਿਸੇ ਸਮੇਂ ਕੀ ਬੋਲਦੇ ਸੀ ਉਹਨਾਂ ਦੀ ਬੋਲੀ ਬਦਲ ਗਈ ਉਹ ਗਿਰਗਟ ਮੰਗੋ ਰੰਗ ਬਦਲ ਗਿਆ ਬਦਲਿਆ ਤੇ ਨਹੀਂ ਬਦਲਿਆ ਨਾਓ ਸਿਚੁਏਸ਼ਨ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਇੱਕ ਇੱਕ ਮੈਂਬਰ 99% ਸਾਡੇ ਅਕਾਲੀ ਦਲ ਦੇ ਬੰਦਿਆਂ ਦਾ ਪੂਰਨ ਵਿਸ਼ਵਾਸ ਹੈ ਕਿ ਸੁਖਬੀਰ ਬਾਦਲ ਜੀ ਨੇ ਜਿੰਨੀ ਮਿਹਨਤ ਕੀਤੀ ਹੈ ਕਿ ਇਲੈਕਸ਼ਨਾਂ 'ਚ ਜਿੰਨੀ ਉਹਨਾਂ ਨੇ ਐਫਰਟ ਕੀਤੀ ਹੈ ਜਿੰਨੀ 6 ਮਹੀਨੇ ਲਗਾਤਾਰ ਕੈਂਪੇਨ ਕੀਤੀ ਹੈ ਅੱਜ ਤੱਕ ਕਦੇ ਕਿਸੇ ਪ੍ਰਧਾਨ ਵੱਲੋਂ ਨਹੀਂ ਸੀ ਹੋਈ ਬਟ ਹਾਰ ਦਾ ਮੂੰਹ ਦੇਖਣਾ ਪਿਆ ਐਂਡ ਇੰਨੀ ਵੱਡੀ ਹਾਰ ਦੇਖੀ ਹੈ ਜਿਹੜੀ ਅਸੀਂ ਕਿ ਕੋਈ ਵੀ ਉਹਨੂੰ ਐਕਸਪੈਕਟ ਨਹੀਂ ਸੀ ਕਰਦਾ ਉਹ ਕਹਿੰਦੇ ਨੇ ਜਿਹੜੀ ਜਿੱਤ ਹੁੰਦੀ ਹੈ ਉਹਦੇ ਖਸਮ ਕਈ ਹੁੰਦੇ ਆ ਜਿਹੜੀ ਹਾਰ ਹੁੰਦੀ ਹੈ ਉਹ ਯਤਿਮ ਹੁੰਦੀ ਹੈ ਉਹਨੂੰ ਕੋਈ ਨਹੀਂ ਮੰਨਦਾ ਕਿ ਹੁਣ ਸਾਰੇ ਭਾਂਡਾ ਸੁਖਵੀਰ ਬਾਦਲ ਤੇ ਭੰਨਣਾ ਚਾਹੁੰਦੇ ਆ ਮੈਂ ਆਪਣੇ ਵੱਲ ਝਾਤੀ ਮਾਰਾਂ ਕਿ ਮੈਂ ਹਰੀਸ਼ ਟਾਂਡਾ ਮੈਂ ਕਿਉਂ ਹਾਰ ਗਿਆ ਸਿਚੁਏਸ਼ਨ ਇਹ ਹੈ ਕਿ ਇਸ ਵਾਰ ਇੱਕ ਨਰੇਟਿਵ ਬਣਾਇਆ ਗਿਆ ਲਗਾਤਾਰ 10 ਸਾਲਾਂ ਤੋਂ ਬੇਅਦਬੀ 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 ਲੈ ਕੇ ਅਕਾਲੀ ਦਲ ਦੇ ਉੱਤੇ ਅਲੀਗੇਸ਼ਨ ਲਾਉਣ ਦਾ ਪ੍ਰਯਾਸ ਕੀਤਾ ਗਿਆ ਜਦ ਕਿ ਅਕਾਲੀ ਦਲ ਕਹੇ ਜੀ ਜਮਾਤ ਹੈ ਜਿਹੜੀ ਬੇਅਦਬੀ ਤਾਂ ਛੱਡੋ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ ਐਂਡ ਜਿਹੜੇ ਕੁਰਵਾਨ ਵਾਲੇ ਆ ਉਹ ਫਾਇਦੇ ਲੈਣ ਵਾਲੇ ਆ ਫਾਇਦੇ ਲੈਣ ਵਾਲਾ ਕੌਣ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਬੇਅਦਬੀ ਦਾ ਫਾਇਦਾ ਕਿਸ ਤਰ੍ਹਾਂ ਬਿਕਰਮ ਮਜੀਠੀਆ ਤੇ ਝੂਠਾ ਕੇਸ ਸਿਸਟਰ ਕੀਤਾ ਕੀ ਆ ਨਰੇਟਿਵ ਦਿੱਤਾ ਜੀ ਚਿੱਟਾ ਵੇਚਣ ਦਾ ਤੇ ਹੁਣ ਜੱਜਮੈਂਟ ਆਈ ਆ ਜੱਜਮੈਂਟ ਨੇ ਕੀ ਕਲੀਅਰ ਕੀਤਾ ਕੋਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ ਆਈ ਉਹ ਰਿਪੋਰਟ ਹਾਈ ਕੋਰਟ ਨੇ ਨਕਾਰੀ ਉਹਦੇ ਤੋਂ ਤੁਹਾਨੂੰ ਲੱਗਦਾ ਨਹੀਂ ਸਾਫ਼ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਨੂੰ ਬਦਨਾਮ ਕੀਤਾ ਜਾਵੇ ਇਹ ਹਾਲਾਤਾਂ ਦੇ ਵਿੱਚ ਅਸੀਂ ਇਲੈਕਸ਼ਨ ਹਾਰੇ ਆਂ ਕੋਈ ਗੱਲ ਨਹੀਂ ਅਸੀਂ ਕਬੂਲ ਕਰਦੇ ਹਾਂ ਅਸੀਂ ਫੇਰ ਲੜਾਂਗੇ ਪਰ ਮਨਪ੍ਰੀਤ ਯਾਲੀ ਜੀ ਵਧੀਆ ਲੀਡਰ ਹੈ ਇਹ ਵੀ ਤਾਂ ਹਾਰੇ ਸੀ ਉਦੋਂ ਇਹਨਾਂ ਤੇ ਲੋਕਾਂ ਨੇ ਇਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ ਸੀ ਉਹ ਸੱਚੇ ਸੀ ਇਲਜ਼ਾਮ ਕਿ ਜੀ ਚਿੱਟਾ ਬਕਵੰਦੇ ਆ ਇਲਜ਼ਾਮ ਲਾਇਆ ਜੀ ਸਾਨੂੰ ਸਵੇ ਚਾਹੀਦੇ ਸਾਨੂੰ ਆ ਨਹੀਂ ਚਾਹੀਦੇ ਤੁਹਾਡੇ ਗਰਾਊਂਡ ਨਹੀਂ ਚਾਹੀਦੇ ਹਲੇ ਕਿ ਕਿੰਨਾ ਗਰਾਊਂਡ ਡਿਵੈਲਪਮੈਂਟ ਦਾ ਵਰਕ ਇਹਨਾਂ ਨੇ ਕੀਤਾ ਮਨਪ੍ਰੀਤ ਯਾਲੀ ਜੀ ਨੇ ਬਟ ਇਹ ਨਹੀਂ ਹੁੰਦਾ ਕਿ ਜੋ ਲੋਕ ਇਲਜ਼ਾਮ ਲਾਉਂਦੇ ਆ ਸੱਚੇ ਹੁੰਦੇ ਆ ਜਿਹੜੀ ਹਲੇ ਤੱਕ ਮੈਂ ਨਹੀਂ ਪੜੀ ਕਮੇਟੀ ਦੀ ਰਿਪੋਰਟ 42 ਸਾਬ ਨੇ ਤਾਂ ਜ਼ਰੂਰ ਪੜੀ ਹੋਣੀ ਆ ਤਾਂ ਉਹਦੇ ਦਸਖਤ ਕਰਨ ਵਾਲੇ ਆ ਬਾਕੀ ਦੇ ਬਸ ਸਾਰੇ ਮੈਂਬਰ ਕਹਿੰਦੇ ਉਹਦੇ ਚ ਕੋਈ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਲੀਡਰਸ਼ਿਪ ਚੇਂਜ ਕਰਨ ਦਾ ਪਰ ਲੀਡਰਸ਼ ਇਹ ਜਿਹੜੀ ਹੈ ਉਡਾਈ ਜਾਣੀ ਗੱਲ ਪਾਰਟਿਕੂਲਰਲੀ ਅਕਾਲੀ ਦਲ ਨੂੰ ਵੀਕ ਕਰਨ ਲਈ ਇਹ ਕਮ ਸੇ ਕਮ ਇਹ ਇਮਪ੍ਰੈਸ਼ਨ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਜਿਹੜੇ ਅਕਾਲੀ ਦਲ ਦੇ ਰੰਗ ਨਾਲ ਰੰਗੇ ਹੋਏ ਆ ਜਿਨ੍ਹਾਂ ਨੇ ਅਕਾਲੀ ਸਾਲਦੇ ਵਿੱਚ ਰਹਿ ਕੇ ਉਸ ਹਰ ਸਮੇਂ ਦਾ ਨਾਲ ਹੰਡੇ ਆ ਚਾਹੇ ਅਕਾਲੀ ਦਲ ਦਾ ਰਾਜ ਰਿਹਾ ਚਾਹੇ ਰਾਜ ਤੋਂ ਬਾਹਰ ਰਹੇ ਆ ਚਾਹੇ ਚਾਹੇ ਅਸੀਂ ਸੰਘਰਸ਼ ਐਮਰਜੈਂਸੀ ਦੇ ਕੀਤਾ ਜਿਹੜੇ ਲੋਕ ਵਿੱਚ ਰਹੇ ਆ ਉਹ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਐਂਡ ਮੇਰੀ ਤਾਂ ਇੱਕ ਸੋਚ ਹੈ ਜੀ ਮੈਂ ਆਪ ਮੈਨੂੰ ਅਕਾਲੀ ਦਲ 'ਚ ਕਈ ਵਾਰ ਕਈ ਨੁਕਸ ਲੱਗਦੇ ਸੀ ਹੁੰਦੇ ਆ ਵਿਦਿੰਦਿ ਘਰ ਦੇ ਵਿੱਚ ਤੁਹਾਨੂੰ ਲੱਗਦੇ ਆ ਮੈਂ ਬੋਲਦਾ ਸੀ ਮੇਰੀ ਆਦਤ ਹੈ ਮੈਂ ਬੋਲ ਦਿੰਨਾ ਉਦੋਂ ਇਹੀ ਲੋਕ ਸਾਰੇ ਇਕੱਠੇ ਹੋ ਕੇ ਮੇਰੀ ਚੁਗਲੀਆਂ ਕਰਦੇ ਸੀ ਕਿ ਢਾਂਡਾ ਬੋਲਦਾ ਢਾਂਡਾ ਬੋਲਦਾ ਐਂਡ ਮੇਰੀ ਆਦਤ ਹੈ ਰਾਜ ਭਾਗ ਸਮੇ ਮੇਰਾ ਧਰਮ ਬੰਦਾ ਮੈਂ ਜਾ ਕੇ ਦੱਸਾਂ ਆਪਣੀ ਲੀਡਰਸ਼ਿਪ ਨੂੰ ਕਿ ਆਪਣੇ ਚਾ ਨੁਕਸਾ ਸੁਧਾਰੀਏ ਮੈਂ ਉਹ ਕਰਦਾ ਰਿਹਾ ਤੇ ਹੁਣ ਮਰ ਜਾਵਾਂਗੇ ਇਕੱਲੇ ਦਲ ਤੋਂ ਪਰੇ ਨਹੀਂ ਜਾਂਦੇ ਕੁਝ ਹੋ ਜਾਵੇ ਕੋਈ ਤਾਕਤ ਹੋ ਜਾਵੇ ਅਸੀਂ ਇਸ ਕਿਸਮ ਦੇ ਕਰਤਕਣ ਤੇ ਕਮੀਨੇ ਨਹੀਂ ਹੈ ਕਿ ਅਸੀਂ ਅੱਜ ਕਾਂਦੀ ਦਾ ਉਲਟ ਬੋਲੀਏ ਅੱਜ ਪਾਰਟੀ ਦੇ ਨਾਲ ਹੈ ਪਾਰਟੀ ਦੇ ਪ੍ਰਧਾਨ ਦੇ ਨਾਲ ਹੈ ਸੁਖਬੀਰ ਬਾਦਲ ਦੇ ਤੋ ਬਿਹਤਰ ਸਾਡੇ ਕੋਲ ਕੋਈ ਨੁਮਾਇੰਦਗੀ ਕਰਨ ਵਾਲਾ ਪ੍ਰਧਾਨ ਨਹੀਂ ਹੈ ਜੋ ਜਿਸ ਤਰ੍ਹਾਂ ਕਾਲੀ ਦਲ ਨੂੰ ਜੋੜਿਆ ਬਾਦਲ ਸਾਹਿਬ ਤੋਂ ਲੈ ਕੇ ਹੁਣ ਤੱਕ ਜੋ ਕਾਲੀ ਦਲ ਨੂੰ ਤਕੜਾ ਕੀਤਾ ਸਟਰੋਂਗ ਕੀਤਾ ਤੁਸੀਂ ਪੰਜਾਬ ਚ ਨਿਗਾਹ ਮਾਰ ਲਓ ਜੇ ਕੋਈ ਸੜਕ ਹੈ ਉਹ ਕਾਲੀ ਦਲ ਦੀ ਦੇਣ ਹੈ ਤੁਸੀਂ ਕੋਈ ਇੰਸਟੀਚਿਊਟ ਬਣੀ ਹੋਈ ਹੈ ਕਾਲੀ ਦਲ ਦੀ ਦੇਣ ਹੈ ਸਾਂਝ ਕੇਂਦਰਾਂ ਕਾਲੀ ਦਲ ਦੀ ਦੇਣ ਹੈ ਤੁਸੀਂ ਕਿਸੇ ਚੀਜ਼ ਤੇ ਉਂਗਲੀ ਲਾ ਲਓ ਤੁਹਾਨੂੰ ਮਿਲੂਗੀ ਆ ਕੀ ਹੈ ਹੁਣ ਤਾਂ ਆਮ ਆਦਮੀ ਪਾਰਟੀ ਨੇ ਮੱਲਾ ਕਲੀਨਿਕ ਜਿੱਥੇ ਇੱਕ ਡਾਕਟਰ ਬੈਠ ਕੇ ਟੂਟੀ ਲਾ ਕੇ ਦੇਖ ਲੂਗਾ ਵੱਦ ਤੋਂ ਵੱਦ ਹੋਰ ਕੀ ਕਰ ਲੂਗਾ ਦਵਾਈ ਦੇ ਦੂਗਾ ਤੇ ਭਗਵੰਤ ਮਾਨ ਜੀ ਕਹਿੰਦੇ ਆ ਕਿ ਆਸ਼ੂਮਾਨ ਵਾਲੇ ਆਪਰੇਸ਼ਨ ਵੀ ਉੱਥੇ ਹੋ ਜਾਣਗੇ ਦੇ ਖੋਲੇ ਕਿੱਥੇ ਆ ਉਹੀ ਸੁਵਿਧਾ ਸੈਂਟਰ ਜਿਹੜੇ ਕਾਂਗਰਸ ਨੇ ਬੰਦ ਕਰਤੇ ਸੀ ਅਕਾਲੀ ਦਲ ਨੇ ਖੋਲੇ ਆ ਸਾਨੂੰ ਮਾਣ ਐ ਅਸੀਂ ਜਿੰਨਾ ਕੰਮ ਕੀਤਾ ਪਰ ਪਤਾ ਨਹੀਂ ਕਿਉਂ ਅਸੀਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਿਤਾ ਨਹੀਂ ਸਕੇ ਕਿ ਅਸੀਂ ਬਿਹਤਰ ਆ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਇੱਕ ਮੌਕਾ ਲੋਕਾਂ ਨੇ ਦਿੱਤਾ ਬਹੁਤ ਚੰਗਾ ਕੀਤਾ ਅੱਜ ਤਾਂ ਕਹਿੰਦੇ ਨੀ ਮジョਰਿਟੀ ਦਿੱਤੀ ਆ ਅਨੰਦ ਆ ਗਿਆ ਹੁਣ ਨੇ ਮジョਰਿਟੀ ਦੇ ਨਾਲ ਕੰਮ ਕਰਕੇ ਦਿਖਾਉਣ ਪਰ ਜੋ ਗੱਲਾਂ ਉੱਡ ਰਹੀਆਂ ਹੁਣ ਸਾਹਮਣੇ ਆ ਰਹੀਆਂ ਮੈਂ ਨਹੀਂ ਦੇਖਿਆ ਸੀ ਕਿਸੇ ਸਰਕਾਰ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਲੋਕੀ ਉਲਟ ਬੋਲਣ ਲੱਗ ਜਾਂਨ ਮਾੜਾ ਬੋਲਣ ਲੱਗ ਜਾਂਨ ਨਿਊਜ਼ਪੇਪਰ ਉਲਟ ਬੋਲਣ ਲੱਗ ਜਾਂਨ ਚੈਨਲ ਉਲਟ ਬੋਲਣ ਲੱਗ ਜਾਂਨ ਹੁਣ ਲਿਖੀ ਨੇ ਵੀ ਪਿਛਲੇ ਜ਼ਿਕਰ ਕੀਤੇ ਆਂ ਕਈ ਗੱਲਾਂ ਦੇ ਫੁੱਲ ਪੇਜ ਐਡਵਰਟਾਈਜ਼ਮੈਂਟ ਲਾ ਰਹੇ ਆਂ ਖਬਰ ਬਣਾ ਕੇ ਆਪਣੀ ਸ਼ੋਲੇ ਗਾਨ ਨੂੰ ਆ ਸ਼ਰਾਬ ਦੇ ਠੇਕੇ ਕਹਿੰਦੇ ਆ ਕਿ ਜੀ ਅਸੀਂ 40% ਰੈਵਨਿਊ ਵਧਾ ਲਿਆ ਝੂਠ ਇੰਨਾ ਝੂਠ ਤੁਸੀਂ 7% ਲੈਂਦੇ ਸੀ ਹਰ ਮਹੀਨੇ ਮਿਨੀਮਮ ਹਰ ਠੇਕੇਦਾਰ ਤੋਂ 84% ਹੋ ਗਿਆ ਸਾਲ ਦਾ 16% ਉਹਨਾਂ ਨੂੰ ਛੋਟ ਸੀ ਕਿ ਜਿਹੜੇ ਮਰਜ਼ੀ ਮਹੀਨੇ ਬਾਅਦ ਦੇ ਦੋ ਉਹ ਦਿਵਾਲੀ ਵਾਲੇ ਮਹੀਨੇ ਤੇ ਮਾਰਚ ਦੇ ਮਹੀਨੇ ਜਮ੍ਹਾਂ ਕਰਾਉਂਦੇ ਸੀ ਐਤਕੀ ਉਹਨਾਂ ਨੇ ਗੱਲ ਗੁੱਠਾ ਦੇ ਕੇ 13% ਜਮ੍ਹਾਂ ਕਰਾਇਆ ਪਹਿਲੇ ਮਹੀਨੇ ਆ ਖਬਰ ਬਣਾਉਂ ਨੂੰ ਅਸੀਂ ਰੈਵਨਿਊ ਵਧਾ ਦਿੱਤਾ ਸਾਲ ਬਾਅਦ ਪੁੱਛੂੰਗਾ ਰੈਵਨਿਊ ਕਿਹੜਾ ਵਧਿਆ ਸਾਲ ਦੇ ਬਾਅਦ ਇਹ ਜਿਹੜੀ ਸਿਚੁਏਸ਼ਨ ਹੈ ਅਕਾਲੀ ਦਲ ਚ ਕੋਈ ਲੜਾਈ ਨਹੀਂ ਅਸੀਂ ਕੱਲ ਇਕੱਠੇ ਰਹੇ ਹਾਂ ਕੱਲ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਇੱਕ ਇੱਕ ਵਾਇਸ ਇੱਕ ਸੁਰਚ ਬੋਲਦੀ ਸੀ ਚਾਹੇ ਉਹ ਜਦ ਤੇ ਅਟਵਾਲ ਸਾਹਿਬ ਵੀ ਉੱਥੇ ਬੈਠੇ ਸੀ ਪੁੰਦਰ ਸਾਹਿਬ ਵੀ ਉੱਥੇ ਬੈਠੇ ਸੀ ਚੰਦੂ ਮਾਜਰਾਜੀ ਵੀ ਉੱਥੇ ਬੈਠੇ ਸਗੇ ਹਰ ਲੀਡਰਸ਼ਿਪ ਸ਼ਰਨਜੀਤ ਢਿੱਲੋਂ ਸ਼ਰਨਜੀਤ ਢਿੱਲੋਂ ਜੀ ਵੀ ਬੈਠੇ ਸਗੇ ਰਖੜਾ ਸਾਹਿਬ ਵੀ ਬੈਠੇ ਸਗੇ ਮਤਲਬ ਤੁਸੀਂ ਨਾਮ ਲਓ ਲੀਡਰ ਦਾ ਕੋਈ ਲੀਡਰ ਮਿਸਿੰਗ ਨਹੀਂ ਸੀ ਸਾਰੇ ਉੱਥੇ ਸਾਰਿਆਂ ਦੀ ਇੱਕ ਆਵਾਜ਼ ਸੀ ਕਿ ਜੋ ਸੁਖਬੀਰ ਬਾਦਲ ਨੇ ਸਾਡੀ ਅਗਵਾਈ ਕੀਤੀ ਹੈ ਜੀ ਕਿਸੇ ਕੋਈ ਹੋਰ ਨਹੀਂ ਕਰ ਸਕਦਾ ਅਸੀਂ ਹਾਰ ਰਹੇ ਹਾਂ ਸਾਡੀ ਸਿਰ ਮੱਥੇ ਹਾਰ ਅਸੀਂ ਮੱਥੇ ਜੋੜਾਂਗੇ ਮਿਹਨਤ ਕਰਾਂਗੇ ਮੁੜ ਕੇ ਫੇਰ ਲੋਕਾਂ ਚ ਵਿਚਰਾਂਗੇ ਸਰ ਕਾਫੀ ਚੀਜ਼ਾਂ ਤੁਸੀਂ ਐਕਸਪੋਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਡਿਸਕਲੋਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਔਰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਪਰ ਆਪਾਂ ਸਿਰਫ ਅਕਾਲੀ ਦਲ ਤੇ ਹੀ ਆਵਾਂਗੇ ਆਮ ਆਦਮੀ ਪਾਰਟੀ ਦੇ ਚੈਪਟਰ ਤੇ ਬਾਅਦ ਵਿੱਚ ਆਨੇ ਆ ਅਕਾਲੀ ਦਲ ਦੇ ਵੱਲੋਂ ਤੁਸੀਂ ਕਹਿ ਰਹੇ ਹੋ ਸਾਰਾ ਕੁਝ ਠੀਕ ਚੱਲ ਰਿਹਾ ਜੇ ਸਾਰਾ ਕੁਝ ਠੀਕ ਚੱਲ ਰਿਹਾ ਮਨਪ੍ਰੀਤ ਅਯਾਲੀ ਪਰਸੋਂ ਵੀ ਕੱਲ ਵੀ ਲਾਈਵ ਹੋ ਕੇ ਕਹਿ ਰਹੇ ਸਨ ਕਿ ਮੈਂ ਤਾਂ ਯਾਰ ਆਪਣੀ ਵਾਈਫ ਨੂੰ ਲੈਣ ਲਈ ਗਿਆ ਸੀਗਾ ਲੇਕਿਨ ਉਹਨਾਂ ਤੇ ਇਲਜ਼ਾਮ ਲਗਾਏ ਗਏ ਵੀ ਉਹ ਬੀਜੇਪੀ ਦੇ ਟੱਚ ਦੇ ਵਿੱਚ ਨੇ ਤੁਸੀਂ ਆਪ ਵੀ ਹੁਣ ਕਿਹਾ ਕਿ ਬੀਜੇਪੀ ਕੁਝ ਗੇਮ ਕਰ ਰਹੀ ਹੈਗੀ ਹੈ ਜਾਂ ਟੱਚ ਦੇ ਵਿੱਚ ਹੈਗੇ ਆ ਸਿਰਸਾ ਸਾਹਿਬ ਦਾ ਵੀ ਤੁਸੀਂ ਜ਼ਿਕਰ ਕੀਤਾ ਤੇ ਫਿਰ ਇਹ ਤੁਹਾਡੀ ਉਹ ਉੱਥੇ ਫਿਰ ਉਹਨਾਂ ਨੂੰ ਲਾਈਵ ਹੋਣ ਦੀ ਕੀ ਜ਼ਰੂਰਤ ਹੈ ਜੇ ਤੁਸੀਂ ਕਹਿ ਰਹੇ ਹੋ ਸਾਰਾ ਕੁਝ ਠੀਕ ਹੈਗਾ ਦੇਖੋ ਮਨਪ੍ਰੀਤ ਜੀ ਉਹ ਆਪਣਾ ਜਵਾਬ ਦੇ ਸਕਦੇ ਆ ਜੋ ਗੱਲ ਉਹਨਾਂ ਬਾਰੇ ਬਲਟੋਹਾ ਸਾਹਿਬ ਨੇ ਕਹੀ ਉਹ ਦੇ ਸਕਦੇ ਆ ਮੈਂ ਤਾਂ ਇੱਕੋ ਗੱਲ ਕਹਿ ਸਕਦਾ ਕਿ ਇਸ ਸਮੇਂ ਮਨਪ੍ਰੀਤ ਜੀ ਨੂੰ ਵੀ ਇਹ ਜਿਹਾ ਇਮਪ੍ਰੈਸ਼ਨ ਨਹੀਂ ਦੇਣਾ ਚਾਹੀਦਾ ਕਿ ਉਹ ਪਾਰਟੀ ਦੀ ਲੀਡਰਸ਼ਿਪ ਨੂੰ ਚੈਲੰਜ ਕਰ ਰਹੇ ਆ ਇਹ ਇਮਪ੍ਰੈਸ਼ਨ ਜਿਹੜਾ ਆ ਰਿਹਾ ਹੈ ਇਹ ਅਵੋਇਡੇਬਲ ਹੈ ਇਹ ਅਵੋਇਡ ਕਰਨਾ ਚਾਹੀਦਾ ਹੈ ਮੇਰੀ ਤਾਂ ਮਨਪ੍ਰੀਤ ਦੇ ਨਾਲ ਬਹੁਤ ਪਿਆਰ ਹੈ ਮੈਂ ਉਹਦੀ ਬਹੁਤ ਰਿਸਪੈਕਟ ਕਰਦਾ ਐਂਡ ਮੈਨੂੰ ਉਮੀਦ ਵੀ ਹੈ ਕਿ ਮਨਪ੍ਰੀਤ ਦੇ ਅੰਦਰ ਕੋਈ ਖੋਟ ਨਹੀਂ ਲੱਗਦੀ ਹੋ ਸਕਦਾ ਕੁਝ ਵਜ੍ਹਾ ਕਰਕੇ ਜਿਹੜੀ ਉਹ ਗੱਲ ਕਹਿੰਦੇ ਹੋਣ ਉਹਨਾਂ ਦੇ ਆਪਣੇ ਹੋਣ ਉਹ ਸੁਣ ਵੀ ਲੈਣੀ ਚਾਹੀਦੀ ਹੈ ਪਾਰਟੀ ਨੂੰ ਪਾਰਟੀ ਸੁਣ ਵੀ ਲਊਗੀ ਪਰ ਕਮ ਸੇ ਕਮ ਇਮਪ੍ਰੈਸ਼ਨ ਜਨਤਾ 'ਚ ਨਹੀਂ ਜਾਣਾ ਚਾਹੀਦਾ ਕਿ ਇਸ ਕਿਸਮ ਦਾ ਮਾਹੌਲ ਸਰ ਬਿਲਕੁਲ ਐਗਰੀ ਹਾਂ ਮੈਂ ਤੁਹਾਡੇ ਨਾਲ ਕਿਉਂਕਿ ਇਹ ਵਾਲੀ ਮਨਪ੍ਰੀਤ ਵਾਲੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਛੋਟਿਆਂ ਤੋਂ ਲੈ ਕੇ ਬੜਿਆਂ ਦੇ ਦਿਲਾਂ ਤੱਕ ਵਿੱਚ ਆਪਣੀ ਜਗ੍ਹਾ ਬਣਾਈ ਹੈ ਔਰ ਬਹੁਤ ਛੋਟੇ ਸਮੇਂ ਦੇ ਵਿੱਚ ਇਵਨ ਕਿ ਮੰਤ ਇੱਕ ਟਾਈਮ ਸੀਗਾ ਕਿ ਪ੍ਰਧਾਨ ਮੰਤਰੀ ਜਦੋਂ ਅਕਾਲੀ ਦਲ ਔਰ ਬੀਜੇਪੀ ਦਾ ਐਲਾਈਅੰਸ ਸੀਗਾ ਤਾਂ ਪੀਐਮ ਅਵਾਰਡ ਵੀ ਉਹਨਾਂ ਨੂੰ ਮਿਲਿਆ ਸੀਗਾ ਚਲੋ ਅਸੀਂ ਅਸੀਂ ਇਸ ਚੀਜ਼ ਦੇ ਤੇ ਜੋ ਉਹਨਾਂ ਨੇ ਕੀਤਾ ਉਹਦਾ ਤਾਂ ਚਲੋ ਠੀਕ ਹੈ ਦੁਬਾਰਾ ਜਿੱਤ ਵੀ ਹਾਸਲ ਕੀਤੀ ਹੈ ਉਹਨਾਂ ਨੇ ਉਸ ਉਸੇ ਕਰਕੇ ਹਾਸਲ ਕੀਤੀ ਹੈ ਪਰ ਫਿਰ ਵੀ ਉਹਨਾਂ ਦਾ ਕੋਈ ਸਟੈਂਡ ਲੈਣਾ ਇਹ ਮੈਟਰ ਕਰਦਾ ਸਰ ਸਟੈਂਡ ਲੈਣਾ ਜ਼ਰੂਰ ਲੈ ਲੈਣਾ ਚਾਹੀਦਾ पर स्टैंड पार्टी दी कॉस्ट ਤੇ ਲੈ ਕੇ ਜੇ ਕੋਈ ਕਹੂਗਾ ਮੈਂ ਆਪਣੀ ਨਿੱਜੀ ਪ੍ਰਸਿੱਧੀ ਕਰ ਲਾਂਗ ਨਹੀਂ ਹੁੰਦੀ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦਾ ਅਵਾਰਡ ਤਾਂ ਮਿਲਿਆ ਕਿਉਂ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਉਹਨਾਂ ਨੂੰ ਪਾਰਟੀ ਨੇ ਬਣਾਇਆ ਟ੍ਰਾਈ ਟੂ ਅੰਡਰਸਟੈਂਡ ਜਸ ਸੀਟ ਨੂੰ ਰਿਪਰਿਜ਼ੈਂਟ ਕਰਦੇ ਆ ਉਹ ਨਰੋਲ ਅਕਾਲੀ ਸੀਟ ਹੈ ਐਂਡ ਉਹਦੇ ਚ ਉਹਨਾਂ ਦਾ ਜਿੱਤਣਾ ਉਹਨਾਂ ਦੀ ਨਿੱਜੀ ਛਵੀ ਵੀ ਹੈ ਉਹਨਾਂ ਦੀ ਨਿੱਜੀ ਛਵੀ ਕਰਕੇ ਵੀ ਜਿੱਤਦੇ ਆ ਪਰ ਜੇ ਕੋਈ ਇੱਕ ਬੰਦਾ ਕੋਈ ਵੀ ਮੈਂ ਹੋਵਾਂ ਮਾਉਨਾ ਬਾਰੇ ਨਹੀਂ ਕਹਿਣਾ ਚਾਹੁੰਦਾ ਉਹ ਬੜੇ ਅੱਛੇ ਸੁਲਝੇ ਹੋਏ ਹਨ ਕੋਈ ਵੀ ਬੰਦਾ ਦੇਖੋ ਮੈਂ ਪਾਰਟੀ ਤੋਂ ਅਸਤੀਫਾ ਦੇ ਕੇ ਤਿੰਨ ਸਾਲ ਬਾਅਦ ਵੀ ਰਿਹਾ ਮੈਂ ਕੋਈ ਹੋਰ ਪਾਰਟੀ ਜੁਆਇਨ ਨਹੀਂ ਕੀਤੀ ਮੇਰੇ ਅੰਦਰ ਵੀ ਕੁਝ ਗੱਲਾਂ ਲੱਗਦੀਆਂ ਸੀ ਕਿ ਸੁਧਾਰ ਹੋਣੇ ਚਾਹੀਦੇ ਆ ਪਾਰਟੀ 'ਚ ਪਰ ਇਹਦਾ ਇਹ ਮਤਲਬ ਨਹੀਂ ਕਿ ਮੈਂ ਪਬਲੀਕਲੀ ਜਾ ਕੇ ਪਾਰਟੀ ਨੂੰ ਗਾਲਾਂ ਪੜਨਾ ਮੈਂ ਅੰਦਰ ਬੈਠੇ ਫੋਰਮ 'ਚ ਬੋਲਦਾ ਵੀ ਸੀ ਕਿਤੇ ਨਾ ਕਿਤੇ ਪ੍ਰਾਈਵੇਟਲੀ ਬੈਠ ਕੇ ਗੱਲਾਂ ਕਰਦਾ ਸੀ ਸੁਧਾਰਦੀਆਂ ਕਰਦੇ ਸੀ ਤੇ ਮੈਨੂੰ ਖੁਸ਼ੀ ਹੈ ਕਿ ਉਹ ਮੇਰੀਆਂ ਗੱਲਾਂ ਸੁਨੀਆਂ ਵੀ ਜਾਂਦੀਆਂ ਐ ਐਸੀ ਗੱਲ ਨਹੀਂ ਕਿ ਸੁਨੀਆਂ ਨਹੀਂ ਜਾਂਦੀਆਂ ਸੁਨੀਆਂ ਵੀ ਜਾਂਦੀਆਂ ਸੀ ਤੇ ਜੇ ਮੈਂ ਇਸ ਕਿਸਮ ਦਾ ਕੰਮ ਕਰਾਂ ਜਿਹਦੇ ਨਾਲ ਪਾਰਟੀ ਦਾ ਨੁਕਸਾਨ ਹੋਵੇ ਉਹ ਮੇਰੇ ਤੇ ਸ਼ੋਭਦਾ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਦੇਖੋ ਹੁਣ ਪਰਸਨਲੀ ਵੋਟ ਪਾਣੀ ਕਿ ਭਾਜਪਾ ਨੂੰ ਨਹੀਂ ਪਾਣੀ ਮੈਨੂੰ ਦੱਸੋ ਇਹ ਗਾਲਾਂ ਕਾਲੀਦਲ ਨੂੰ ਕਿਉਂ ਘਟੀਆਂ ਜਾਂਦੀਆਂ ਸਿਮਰਜੀਤ ਸਿੰਘ ਮਾਨ ਜੀ ਨੇ ਕਿਹਨੂੰ ਵੋਟ ਪਾਈ ਇਹ ਕਿਹਨੂੰ ਵੋਟ ਪਾਈ ਸਿਮਰਜੀਤ ਸਿੰਘ ਮਾਨ ਜੀ ਨੇ ਕਿਸੇ ਨੂੰ ਪਤਾ ਹੀ ਨਹੀਂ ਕੌਣ ਬੋਲਿਆ ਕਿ ਝੰਡਾ ਨਾਲ ਲਹਿਰਾਉ ਦੂਜਾ ਲਹਿਰਾਉ ਉਹ ਬੋਲਦਾ ਹੀ ਨਹੀਂ ਕਿਸ ਨੇ ਪੰਜਾਬ ਦੇ ਆਈਕਨ ਸ਼ਹੀਦ ਆਜ਼ਮ ਭਗਤ ਸਿੰਘ ਜਿਹਨੂੰ ਪੂਰਾ ਹਿੰਦੁਸਤਾਨ ਇਤਰਾਮ ਦੇ ਨਾਲ ਦੇਖਦਾ ਉਹਨਾਂ ਬਾਰੇ ਗੱਲਾਂ ਕੀਤੀਆਂ ਉਹਨਾਂ ਨੇ ਆਪਣੇ ਨਾਨੇ ਦੇ ਜ਼ਿਕਰ ਕੀਤਾ ਜਿਨੇ ਡਾਇਰ ਦੇ ਸਰੂਪੇ ਪਾਏ ਉਹਨ ਗੱਲਾਂ ਖੁੱਲ ਕੇ ਆਈਆਂ ਕਿ ਉਹਨਾਂ ਨੇ ਆਪ ਆਪਣੀ ਪਿਸਤੌਲ ਨਾਲ ਸਿੰਘ ਮਾਰੇ ਗੁੱਸੇ 'ਚ ਫੜੇ ਹੋਏ ਬਾਹਾਂ ਬਣੀਆਂ ਹੋਈਆਂ ਉਹ ਝੰਜੋੜਦੀ ਨਹੀਂ ਕਿਸੇ ਨੂੰ ਕਿਉਂ ਆ ਉਹਦਾ ਕਿਤੇ ਚੋਬ ਨਹੀਂ ਲੱਗਦੀ ਜੇ ਇੱਕ ਤਰੀਕੇ ਨਾਲ ਕਾਂਗਰਸ ਦੀ ਮਦਦ ਕਰਨੀ ਆ ਬੋਲ ਲੀਆਂ ਬੋਲ ਲੋ ਅਸੀਂ ਕਮ ਸੇ ਕਮ ਕਾਂਗਰਸ ਨੂੰ ਵੋਟ ਨਹੀਂ ਪਾ ਸਕਦੇ ਤੇ ਰਾਸ਼ਟਰਪਤੀ ਆ ਜਿਹੜਾ ਰਾਸ਼ਟਰਪਤੀ ਕੋਈ ਬਹੁਤ ਵੱਡਾ ਸਿਆਸੀ ਤੁਰਾ ਨਹੀਂ ਹੁੰਦਾ ਇੱਕ ਸਿੰਬੋਲਿਕ ਹੈਡ ਹੈ ਤੇ ਸਿੰਬੋਲਿਕ ਹੈਡ ਜੇ ਇੱਕ ਲੇਡੀ ਬਣ ਰਹੀ ਹੈ ਇੱਕ ਟ੍ਰਾਈਬਲ ਚ ਬਣ ਰਹੀ ਹੈ ਮੈਂ ਤਾਂ ਸਮਝਦਾ ਫਖਰ ਦੀ ਗੱਲ ਹੈ ਹਰੇਕ ਨੂੰ ਪਾਣੀ ਚਾਹੀਦੀਆਂ ਵੋਟਾਂ ਇੱਥੋਂ ਤੱਕ ਕੇ ਸ਼ਿਬੂ ਸ਼ੁਰਿੰਜ ਜੀ ਨੇ ਪਾਈਆਂ ਪਟਨਾਇਕ ਜੀ ਨੇ ਪਾਈਆਂ ਐਂਡ ਮਮਤਾ ਜੀ ਨੇ ਵੀ ਕਿਹਾ ਕਿ ਜੇ ਸਾਡੇ ਨਾਲ ਸਲਾਹ ਪਹਿਲਾਂ ਕਰ ਲੀਤੀ ਜਾਂਦੀ ਮੈਂ ਵੀ ਪਾ ਦਿੰਦੀ ਇਸ ਮਮਤਾ ਜੀ ਨੇ ਵੀ ਇਹ ਗੱਲ ਕਹੀ ਹੈ ਤੇ ਇਹਨਾਂ ਨੂੰ ਜੋ ਇਹਨਾਂ ਦੀ ਸੋਚ ਹੈ ਪਾਰਟੀ ਨੂੰ ਡਿਫਾਈ ਕਰਕੇ ਕਿ ਮੈਂ ਪਾਰਟੀ ਦੇ ਉਲਟ ਪਾਣੀ ਮੇਰੇ ਨਾਲ ਸਲਾਹ ਨਹੀਂ ਕੀਤੀ ਸਲਾਹ ਤਾਂ ਮੇਰੇ ਨਾਲ ਵੀ ਨਹੀਂ ਕੀਤੀ ਸੀ ਜਦ ਇਹਨਾਂ ਨੂੰ ਟਿਕਟ ਦਿੱਤੀ ਐ ਸਲਾਹ ਤਾਂ ਇਹਨਾਂ ਨਾਲ ਵੀ ਨਹੀਂ ਕੀਤੀ ਜਦ ਮੈਨੂੰ ਟਿਕਟ ਦਿੱਤੀ ਐ ਪਾਰਟੀ ਦੇ ਦੇਖੋ ਹਾਇਰਾਰਕੀ ਹੁੰਦੀ ਐ ਪਾਰਟੀ ਫੈਸਲਾ ਕਰ ਲੈਂਦੀ ਐ ਅੱਜ ਤੁਹਾਨੂੰ ਸਤਕਾਰ ਮਿਲਿਆ ਐ ਤੁਸੀਂ ਪਾਰਟੀ ਦਾ ਨਾਮ ਬਣਾਇਆ ਹੈ ਕਿ ਤੁਸੀਂ ਤਿੰਨ ਜਿੱਤਿਆ ਹੁਣਾ ਚੋਂ ਇੱਕ ਤੁਸੀਂ ਹੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਫਖਰ ਦੀ ਗੱਲ ਹੈ ਉਹ ਤੁਸੀਂ ਵੋਟਾਂ ਤੁਹਾਨੂੰ ਪਈਆਂ ਪਰ ਪਾਰਟੀ ਨੂੰ ਵੀ ਪਈਆਂ ਜਿਵੇਂ ਪਾਰਟੀ ਨੂੰ ਨਕਾਰ ਕੇ ਕਹੋ ਕਿ ਮੈਨੂੰ ਹੀ ਪਈਆਂ ਪਾਰਟੀ ਨੂੰ ਨਹੀਂ ਪਈਆਂ ਇਹ ਵੀ ਪੋਸੀਬਲ ਨਹੀਂ ਹੁੰਦਾ ਠੀਕ ਹੈ ਸਾਡੇ ਵਰਗੇ ਲੋਕ ਐ ਕਿ ਹਾਰੇ ਐ ਤੇ ਇਹ ਬਿਆਨ ਦੇਣੇ ਕਿ ਜਿਹੜੇ ਹਾਰੇ ਆ ਉਹਨਾਂ ਨੂੰ ਕੱਢ ਦਿਓ ਫਿਰ ਤਾਂ ਇਹ ਵੀ ਹਾਰੇ ਸੀ ਤੇ ਉਹਨਾਂ ਨੂੰ ਮੁੜ ਕੇ ਟਿਕਟ ਨਹੀਂ ਦਿੱਤੀ ਇਹਨਾਂ ਨੂੰ ਇਹ ਕਮੈਂਟਸ ਕਰਨ ਸਾਨੂੰ ਵੀ ਠੇਸ ਲੱਗਦੀ ਅਸੀਂ ਬੋਲੇ ਨਹੀਂ ਜਿੰਨੇ ਹਾਰੇ ਹੋਏ ਆ ਉਹਨਾਂ ਨੂੰ ਅੱਗੇ ਤੋਂ ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ ਤੇ ਸ਼੍ਰੀਮਾਨ ਜੀ ਹਾਰੇ ਤਾਂ ਇੱਕ ਵਾਰ ਤੁਸੀਂ ਵੀ ਸੀਗੇ ਇਹ ਇਹ ਗੱਲਾਂ ਪ੍ਰਾਇਆ ਸਾਡਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਦਿਲ ਚ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਚੀਜ਼ ਹੈ ਪਰ ਥੋਡੀ ਬਾਡੀ ਲੈਂਗੁਏਜ ਤੁਹਾਡੇ ਫੈਸਲਿਆਂ ਚ ਲੋਕ ਮਤਲਬ ਕੱਢਦੇ ਆ ਕਿ ਇਹ ਬਾਗੀ ਪੁਣਾ ਅਕਾਲੀ ਦਾ ਇਹ ਨજર ਨਹੀਂ ਆਣਾ ਚਾਹੀਦਾ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਬੈਠੀਏ ਇਕੱਠੇ ਹੋ ਕੇ ਗੱਲਾਂ ਕਰੀਏ ਸੋ ਮੈਨੂੰ ਦੇਖੋ ਉਹਨਾਂ ਨੇ ਤੁਸੀਂ ਇੱਕ ਨੈਗੇਟਿਵ ਚੀਜ਼ ਤਾਂ ਦੇਖ ਲਈ ਉਹਨਾਂ ਦੂਜੀ ਚੀਜ਼ ਕੀ ਕਹੀ ਹੈ ਕਿ ਮੈਂ ਅਕਾਲੀਦਲ ਤਕੜਾ ਕਰਨ ਦੀ ਹੈ ਉਹਨੂੰ ਕੋਈ ਤਰਜੀਹ ਨਹੀਂ ਦਿੰਦਾ ਉਸ ਨੂੰ ਵੀ ਤਰਜੀਹ ਦਈਏ ਕਿ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਕਾਲੀ ਦਲ ਦੇ ਅਗੇਂਸਟ ਹਾਂ ਉਹਨਾਂ ਦੀ ਇਹ ਪੋਜ਼ਿਟਿਵ ਗੱਲ ਵੀ ਹੈ ਸੋ ਪੋਜ਼ਿਟਿਵ ਗੱਲ ਵੀ ਦੇਖਣੀ ਚਾਹੀਦੀ ਹੈ ਜਿੱਥੇ ਵੋਟ ਪਾਉਣ ਦਾ ਤਾਲੁਕ ਹੈ ਮੈਂ ਸਮਝਦਾ ਕਿ ਉਹ ਵੋਟ ਪਾ ਕੇ ਇਤਰਾਜ਼ ਕਰ ਲੈਂਦੇ ਤਾਂ ਜ਼ਿਆਦਾ ਬਿਹਤਰ ਸੀ ਨਾ ਪਾ ਕੇ ਹੁਣ ਕੱਲ ਸੁਖੀ ਜੀ ਦੀ ਵੀ ਮੈਂ ਸੁਣੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਲੀਡਰਸ਼ਿਪ ਲੀਡ ਕਰਨਾ ਸੀ ਕਹਿੰਦੇ ਸੀ ਸਵੇਰੇ ਮੈਂ ਵੋਟ ਪਾਣ ਆਉਂਗਾ ਬਾਅਦ ਆਏ ਨਹੀਂ ਹੁਣ ਇਹ ਜਿਹੇ ਜਿਹੀਆਂ ਗੱਲਾਂ ਅਵੋਇਡੇਬਲ ਕਰਨਾ ਜਦ ਪਾਰਟੀ ਕਦੇ ਵੀ ਕਮਜ਼ੋਰ ਹੋਵੇ ਉਦੋਂ ਇਕਾ ਬਹੁਤ ਜ਼ਰੂਰੀ ਹੁੰਦਾ ਜੇ ਉਸ ਸਮੇਂ ਕੋਈ ਇਕਕੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤਾਂ ਉਹ ਇਤਿਹਾਸ ਉਹਨੂੰ ਮਾਫ ਨਹੀਂ ਕਰਦਾ ਬੜੇ ਰਹੇ ਆ ਇਹ ਜੇ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਰਣਜੀਤ ਸਿੰਘ ਦੇ ਬਾਹਰ ਅੰਗਰੇਜ਼ ਹਰਾਏ ਇੱਥੇ ਹੀ ਲੜਾਈ ਲੜਈ ਸੀ ਜਿੱਥੇ ਗਵਰਨਮੈਂਟ ਕਾਲਜ ਤੋਂ ਲੈ ਕੇ ਭੁੰਦੜੀ ਤੱਕ ਅੰਗਰੇਜ਼ ਭੱਜ ਗਏ ਪਿਛਾੜ ਤੇ ਅੰਬਾਲਾ ਚਲੇ ਗਏ ਜਿੰਨੇ ਸਾਡੇ ਫੌਜੀ ਸੀਗੇ ਫਾਇਦੇ ਸਿੱਖ ਫਾਇਦੇ ਉਹਨਾਂ ਨੇ ਸੋਚਿਆ ਵੀ ਹੁਣ ਕਿੱਥੇ ਜਾਈਏ ਕਿਉਂਕਿ ਬਿਨਾ ਜਰਨੈਲ ਦੇ ਲੜੇ ਉਹ ਸਾਰੇ ਘਰਾਂ ਨੂੰ ਤੁਰ ਗਏ ਕਿਉਂਕਿ ਕੋਈ ਉਹਨਾਂ ਨੂੰ ਸੈਂਟਰਲ ਫੋਰਸ ਨਹੀਂ ਸੀ ਕੰਟਰੋਲ ਕਰਨ ਵਾਲੀ ਫਿਰ ਉਦੋਂ ਉਹ ਲੋਕ ਗਏ ਜਾ ਕੇ ਅੰਗਰੇਜ਼ਾਂ ਨੂੰ ਉੱਥੋਂ ਲੈ ਕੇ ਆਏ ਅੰਬਾਲੇ ਤੋਂ ਕਿ ਮਹਾਰਾਜ ਮੁੜ ਕਿਉਂ ਗਏ ਸਿੱਖ ਤਾਂ ਭੱਜ ਗਏ ਘਰਾਂ ਨੂੰ ਚਲੇ ਗਏ ਜੇ ਉਹ ਸਮੇਂ ਉਹ ਲੈਣ ਵਾਲੇ ਨਾ ਹੁੰਦੇ ਅੱਜ ਕੀ ਪਤਾ ਪੰਜਾਬ ਇੰਡੀਪੈਂਡੈਂਟ ਕੰਟਰੀ ਹੁੰਦਾ ਇਹ ਇਤਿਹਾਸ ਦੇ ਵਿੱਚ ਉਹ ਬੰਦੇ ਜਿਹੜੇ ਢਾ ਲਾਂਦੇ ਆ ਉਹਨਾਂ ਨੂੰ ਕਦੇ ਇਤਿਹਾਸ ਮਾਫ਼ ਨਹੀਂ ਕਰਦਾ ਐਂਡ ਅਕਾਲੀ ਦਲ ਦਾ ਕੋਈ ਵੀ ਵਰਕਰ ਹੈ ਕੋਈ ਵੀ ਲੀਡਰ ਹੈ ਜਿੰਨਾ ਮਰਜੀ ਚੰਗਾ ਹੋਵੇ ਸਣੇ ਬਾਦਲ ਸਾਹਿਬ ਜਿਨ੍ਹਾਂ ਦਾ ਮੈਂ ਇਤਰਾਮ ਰੱਬ ਵਾਂਗੂ ਕਰਦਾ ਵੱਡੇ ਬਾਦਲ ਸਾਹਿਬ ਉਹਨਾਂ ਦਾ ਨਿਜੀ ਯੋਗਦਾਨ ਵੀ ਹੈ ਪਰ ਪਾਰਟੀ ਦਾ ਯੋਗਦਾਨ ਵੀ ਹੈ ਇਹ ਜਿਹੜਾ ਮਿਲਣ ਹੈ ਪਾਰਟੀ ਤੇ ਨਿਜੀ ਦਾ ਇਹ ਰਲ ਕੇ ਹੀ ਬੰਦੇ ਬੰਦੇ ਆ ਜੇ ਕੋਈ ਕਹਿੰਦਾ ਜਿਵੇਂ ਕਿ ਮੈਂ ਜਿੱਤਿਆ ਮੈਂ ਜਿੱਤਿਆ ਮੈਨੂੰ ਮਨਪ੍ਰੀਤ ਬਾਦਲ ਜੀ ਕਹਿੰਦੇ ਹੁੰਦੇ ਸੀ ਮੈਂ ਉਹਨਾਂ ਦੇ ਸਪੀਚ ਚ ਲਾਜਦਾ ਨਾ ਉੱਥੇ ਰਿਕਾਰਡਿੰਗ ਹੈ ਕਿ ਮੈਂ ਜਿੰਨੀ ਵਾਰ ਸਪੀਕਰ ਸਾਹਿਬ ਇਲੈਕਸ਼ਨ ਲੜਿਆ ਮੈਂ ਵੱਧ ਮਾਰਜਿਨ ਤੇ ਜਿੱਤੇ ਆਂ ਇਹ ਮੈਂ ਸੀ ਤੇ ਹੁਣ ਮੈਂ ਕਿੱਥੇ ਗਈ ਜਤਕੀ ਇਹ ਸਭ ਕੁਝ ਹੁੰਦਾ ਤੁਹਾਡੀ ਨਿੱਜੀ ਛਾਪੀ ਹੁੰਦੀ ਹੈ ਪਾਰਟੀ ਦੀ ਵੀ ਹੁੰਦੀ ਹੈ ਕਈ ਵਾਰ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਕਈ ਵਾਰ ਇਲੈਕਸ਼ਨਾਂ ਹਾਰੀਆਂ ਜਾਂਦੀਆਂ ਵੱਡ ਡਾਕਟਰ ਮਨਮੋਹਨ ਸਿੰਘ ਤੋਂ ਮੈਂ ਇੱਜ਼ਤ ਮਾਨ ਪ੍ਰਾਪਤ ਕਰਨ ਵਾਲਾ ਲੀਡਰ ਥੋੜੇ ਆ ਬਿਰਲੇ ਆ ਇਸ ਦੇਸ਼ ਦੇ ਵਿੱਚ ਡਾਕਟਰ ਸਾਹਿਬ ਇਲੈਕਸ਼ਨ ਹਾਰ ਗਏ ਸੀ ਉਹਨੇ ਤੁਲਨਾ ਇਸ ਨਾਲ ਕਰ ਲਓਗੇ ਕਿ ਇਲੈਕਸ਼ਨ ਹਾਰ ਕੇ ਸੀਗੇ ਰਾਜਨਾਰੈਨ ਜੀ ਨੇ ਮੈਡਮ ਇੰਦਰਾ ਗਾਂਧੀ ਜੀ ਨੂੰ ਹਰਾਤਾ ਹੁਣ ਇਰਾਨੀ ਜੀ ਨੇ ਰਾਹੁਲ ਜੀ ਨੂੰ ਹਰਾਤਾ ਹੁਣ ਇਹ ਕਹਦੀ ਰਾਹੁਲ ਜੀ ਖਤਮ ਹੋ ਗਏ ਤਵਾ ਹੋ ਗਏ ਰਾਹੁਲ ਜੀ ਦੀ ਪੋਲਿਟਿਕਸ ਦੀ ਇਰੈਲੇਵੈਂਸ ਹੋ ਗਈ ਐਦਾਂ ਨਹੀਂ ਹੁੰਦੀ ਹੁੰਦੀ ਠੀਕ ਹੈ ਕ੍ਰੈਡਿਟ ਗੋਸ ਟੂ ਇਰਾਨੀ ਜਿਹੜੀ ਕਿ ਵਰਕਰਾਂ ਨਾਲ ਜੁੜੀ ਰਹੀ ਮਿਹਨਤ ਕੀਤੀ ਬਹੁਤ ਵੱਡਾ ਕ੍ਰੈਡਿਟ ਹੈ ਉਹਨਾਂ ਨੂੰ ਜਾਂਦਾ ਉਹਨਾਂ ਨੇ ਇੱਕ ਪਾਰਟੀ ਦੇ ਸਰਕਟ ਮੇ ਲੀਡਰ ਨੂੰ ਹਰਾਇਆ ਹੈ ਬਟ ਇਹ ਨਹੀਂ ਹੈ ਕਿ ਉਹ ਖਤਮ ਹੋ ਗਏ ਹਨ بڑے ਬੰਦੇ ਬੰਦੇ ਹਾਰਦੇ ਆਂ بڑے ਹੰਦੇ ਜਿੱਤਦੇ ਆਂ ਇਹ ਲੱਗੀਆਂ ਰਹਿੰਦੀਆਂ ਹਾਰ ਜਿੱਤਾਂ ਐਂਡ ਬਿਰਲੇ ਹੁੰਦੇ ਆਂ ਜਿਹੜੇ ਸਦਾ ਜਿੱਤਦੇ ਰਹਿੰਦੇ ਆਂ ਬਹੁਤ ਬਿਰਲੇ ਆ ਇਹੋ ਜਿਹੇ ਵੀ ਹੈਗੇ ਲੋਕ ਐਂਡ ਇਲੈਕਸ਼ਨ ਚ ਹਾਰ ਜਿੱਤ ਨਾਲ ਪੈਮਾਨੇ ਨਾਲ ਨਹੀਂ ਤੋਲੀ ਜਾਂਦੀ ਇਲੈਕਸ਼ਨ ਦੇ ਵਿੱਚ ਪਾਰਟੀ ਦੇ ਸਟੈਂਡਸ ਨਾਲ ਨਹੀਂ ਜਾਂਦਾ ਹੁਣ ਆਮ ਆਦਮੀ ਪਾਰਟੀ ਹੈ ਜਿਹੜੀ ਠੀਕ ਹੈ ਜਿੱਤ ਗਏ ਆ ਮੰਤਰ ਨਾਲ ਤਾਂ ਸਮਝ ਨਹੀਂ ਆਂਦਾ ਕਿ ਨਾ ਪੋਲਿਟੀਕਲ ਇਡਿਓਲੋਜੀ ਹੈ ਨਾ ਕੋਈ ਸਟੈਂਡ ਹੈ ਨਾ ਕੋਈ ਲੈਣਾ ਹੈ ਨਾ ਦੇਣਾ ਹੈ ਆ ਆਮੋਫਤ ਕਰ ਦੋ ਆਮੋਫਤ ਕਰ ਦੋ ਆ ਲੁੱਟ ਲੋ ਆ ਲੁੱਟ ਲੋ ਮਤਲਬ ਮੈਂ ਇਮਾਨਦਾਰ ਤੂੰ ਬੇਇਮਾਨ ਹੁਣ ਹੁਣ ਦੱਸਣਗੇ ਕੌਣ ਇਮਾਨਦਾਰ ਤੇ ਕੌਣ ਬੇਇਮਾਨ ਅੱਜ ਤੱਕ ਤਾਂ ਇਹ ਹੀ ਸੀ ਨਾ ਰਾਜ ਨਹੀਂ ਸੀ ਕੀਤਾ ਹੁਣ ਰਾਜ ਹੋ ਰਿਹਾ ਹੁਣ ਰਾਜ ਹੋਏ ਤੇ ਪਤਾ ਲੱਗ ਜਾਊਗਾ ਸੋ ਗੁਰੇਜ਼ ਕਰਨਾ ਚਾਹੀਦਾ ਮਨਪ੍ਰੀਤਿਆਲੀ ਜੀ ਨੂੰ ਅਵੋਇਡ ਕਰ ਲੈਣਾ ਚਾਹੀਦਾ ਸੋ ਜੀ ਸਨ ਹਰੀਸ਼ ਰਾਏ ਠੰਡਾ ਜੀ ਜੋ ਕਿ ਦੱਸ ਰਹੇ ਸਨ ਕਿ ਆ ਹਾਲਾਤ ਨੇ ਜਿਹੜੇ ਸਾਰੇ ਅੰਡਰ ਕੰਟਰੋਲ ਨੇ ਤੇ ਸਾਡੇ ਲੀਡਰ ਸੁਖਵੀਰ ਬਾਦਲ ਸਨ ਔਰ ਰਹਿਣਗੇ ਔਰ ਜਿਵੇਂ 10 ਸਨ ਕਿ ਅਕਾਲੀ ਦਲ ਦੇ ਅੰਦਰ ਫਿਲਹਾਲ ਸਭ ਕੁਝ ਠੀਕ ਚੱਲ ਰਿਹਾ ਹਾਲਾਂਕਿ ਤਸਵੀਰਾਂ ਜਿਹੜੀਆਂ ਅਲੱਗ-ਅਲੱਗ ਲੀਡਰਸ ਦੀਆਂ ਆ ਰਹੀਆਂ ਨੇ ਉਹ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਕੈਮਰਾਮੈਨ ਵਿਪਨ ਦੇ ਨਾਲ अरुण ਕੌਸ਼ਲ ਦੀ ਖਾਸ ਰਿਪੋਰਟ